ਪਤਾ, ਮੈਨੂੰ ਪਤਾ ਵੀ ਤੇਰਾ ਚੇਤਾ ਠੀਕ ਨਹੀਂ ਹੈਗਾ, ਤੂੰ ਤਾਂ ਕਰੋ ਜਾਣਾ, ਬਹਿ ਜਾ ਘਰੇ। ਨਹੀਂ ਮਾਂ, ਤੇਰੀ ਸੌਂ ਲੱਗੇ ਮਾਂ, ਸੜੀ ਹੋਈ ਪਿੱਛੇ ਨਾ ਆਪਦਾ ਦਿਮਾਗ ਨਹੀਂ ਖਰਾਬ ਕਰਦਾ। ਹਜੇ ਮੈਂ ਕਾਹਲੀ ਕਰਦੀ ਹਾਂ ਨਾ, ਕਿੰਨਾ ਟਾਈਮ ਹੋ ਗਿਆ ਤੇ ਮੂੰਹ ਕੋ ਨਹੀਂ ਦੇਖਦਿਆਂ ਨੂੰ। ਨਹੀਂ ਜੇ ਉਹਨੂੰ ਤੇਰਾ ਇੰਨੀ ਮੋਹ ਆਉਂਦਾ ਹੋਵੇ ਆਪਦੇ ਘਰਦਿਆਂ ਨਾਲ ਅੜ ਕੇ, ਤੈਨੂੰ ਹੁਣ ਨੂੰ ਕਿੱਦੇ ਦਾ ਲੈ ਜਾਂਦਾ ਉਰੋਂ। ਹੁਣ ਆ ਗਈਆਂ ਸਾਰੀਆਂ ਕਰਤੂਤਾਂ ਤੁਹਾਡੇ ਸਾਹਮਣੇ। ਮੈਨੂੰ ਤਾਂ ਐਂ ਸੀਗਾ ਵੀ ਸਿਮਰ ਚੰਗੀ ਭਲੀ ਵਧੀਆ ਕੁੜੀ ਆ, ਸਿਆਣੀ ਵੀ, ਉਹ ਵੀ ਸਿਆਣੀ ਹੋਊਗੀ। ਬੇ ਪੁੱਤ, ਜੇ ਉਹ ਸਿਆਣੀ ਹੁੰਦੀ ਤਾਂ ਮੈਂ ਆਪ ਹੀ ਉਹਨੂੰ ਰੱਖ ਲੈਂਦੀ ਘਰੇ, ਜਿਹੜੀ ਪਹਿਲਾਂ ਹੀ ਨਿਕਲ ਕੇ ਆ ਗਈ, ਉਹਨੇ ਕੀ ਘਰ ਵਸਾਉਣਾ ਸੀਗਾ। ਤੁਸੀਂ ਤਿਆਰੀ ਰੱਖੋ, ਆਪਣਾ ਸ਼ਗਨ ਪੈਣ ਜਾ ਰਿਹਾ, ਨਾਲੇ ਬਾਹਰ ਦੀ ਨਾਲੇ ਆਪਣੇ ਵਿਆਹ ਦੀ। ਉਹੀ ਤਾਂ ਇਹਨੂੰ ਮੈਂ ਸਮਝਾਈ ਜਾਂਦੀ ਹਾਂ ਵੀ ਹਨੇਰੇ ਤੋਂ ਬਾਅਦ ਸਵੇਰਾ ਤਾਂ ਆਉਂਦਾ ਹੀ ਹੁੰਦਾ ਹੈਗਾ, ਕੋਈ ਨਹੀਂ ਆਪੇ ਆ ਦੁੱਖ ਕੱਟੇ ਗਏ, ਇਦੂ ਬਾਅਦ ਸੁੱਖ ਹੀ ਆਉਣਗੇ ਪੁੱਤ। ਜਿਹੜਾ ਮੇਰੇ ਦਿਲ 'ਤੇ ਬੋਝਦੀ ਨਾ ਮਾਂ, ਉਹ ਤਾਂ ਮੈਂ ਲਾ ਲਿਆ, ਜੀ ਭਰ ਕੇ ਲਾਹਿਆ, ਹੁਣ ਨਹੀਂ ਪੈਂਦਾ ਬੋਝ। ਹੋਰ ਦੱਸੋ ਭੈਣ ਜੀ, ਠੀਕ ਠਾਕ ਹੋ? ਵਧੀਆ, ਪਰਿਵਾਰ ਸਾਰਾ ਠੀਕ ਹੈ? ਹਾਂ ਭੈਣੇ, ਆਪਣਾ ਪਰਿਵਾਰ ਤਾਂ ਸਾਰਾ ਵਧੀਆ। ਹੋਰ ਸੁਣਾ, ਆਪਣੇ ਖੈਰ ਸੁੱਖ ਹੈ? ਫਸਲ ਵਾੜੀ ਸਾਂਭ ਲਈ ਸਾਰੀ? ਹਾਂਜੀ ਭੈਣ ਜੀ, ਫਸਲ ਵਾੜੀ ਵਧੀਆ ਹੋ ਗਈ ਸੀ। ਆਪਾਂ ਗੱਲਾਂ ਬਾਅਦ 'ਚ ਮਾਰਾਂਗੇ, ਕਾਕਾ ਜੀ ਪਹਿਲਾਂ ਚਾਹ ਲਓ। ਭੈਣ ਜੀ ਤੁਸੀਂ ਚੱਕੋ। ਹਾਂਜੀ ਭਾਅ ਜੀ, ਲੈ ਲਓ ਪੁੱਤ, ਨਾਲ ਖਾਓ, ਤੁਹਾਡੇ ਵਾਸਤੇ ਲੈ ਗਏ, ਚੱਕ ਲਓ ਪੁੱਤ। ਆ ਭੈਣ ਜੀ ਚਾਹ ਵੀ ਪੀ ਲੈਂਦੇ ਤੁਸੀਂ, ਨਾਲੇ ਚੱਕ ਲਓ। ਅਸੀਂ ਤਾਂ ਭੈਣ ਜੀ ਹੁਣ ਪੀ ਕੇ ਹੀ ਹਟੇ ਹਾਂ ਚਾਹ, ਹਲੇ ਤੁਸੀਂ ਪੀਓ, ਨਾਲੇ ਆਪਾਂ ਫਿਰ ਸਾਗਣ ਕਰੀਏ। ਹਾਂ ਹਾਂ ਭੈਣ ਜੀ, ਸਾਗਣ ਦਾ ਤਾਂ ਟਾਈਮ ਹੈ, ਸਵਾਈ ਲੱਗ ਗਈ। ਆ ਰੱਖ ਦੋ ਪੁੱਤ, ਇੱਥੇ ਰੱਖ ਦੇ ਪੁੱਤ ਤੂੰ। ਮਾਸੀ ਜੀ ਆ ਜਾਓ, ਤੁਸੀਂ ਇੱਥੇ ਬਹਿ ਜਾਓ। ਆ ਲੈ ਲਓ ਭੈਣ ਜੀ, ਲੈ ਪੁੱਤ।
ਵਧਾਈਆਂ ਭੈਣ ਜੀ ਤੁਹਾਨੂੰ। ਸੋਨੂੰ ਵੀ ਭੈਣੇ ਬਹੁਤ ਬਹੁਤ ਵਧਾਈਆਂ, ਪਰਮਾਤਮਾ ਸਭ ਨੂੰ ਵਧਾਵੇ। ਭਾਜੀ ਸੋਨੂੰ ਵੀ ਬਹੁਤ ਬਹੁਤ ਵਧਾਈਆਂ। ਮਾਸੀ ਜੀ ਤੁਹਾਨੂੰ ਵੀ ਵਧਾਈਆਂ। ਵਧਾਈਆਂ ਮਾਸੀ ਜੀ ਤੁਹਾਨੂੰ ਵੀ ਵਧਾਈਆਂ। ਸੋਨੂੰ ਵੀ ਨਾਲ ਨਾਲ ਵਧਾਈਆਂ। ਆਜੋ ਭੈਣ ਜੀ ਫੋਟੋ ਕਰਾ ਲਈ ਇੱਕ ਆਪਾਂ। ਚਲੋ ਆਜੋ ਆਜੋ। ਦੀਦੀ ਨੇ ਕੀ ਭੇਜਿਆ? ਸਿਮਰ ਹਾਂ ਕਾ ਤੂੰ ਖੜੀ ਹੈ? ਸਿਮਰ ਪੁੱਤ ਕੀ ਹੋ ਗਿਆ? ਆਹ ਭਾਂਡੇ ਮਾਂਜਣ ਵਾਲੇ ਪਏ ਆ, ਆਏ ਕਾ ਤੂੰ ਖੜੀ ਹੈ? ਫੋਨ ਚੁੱਕੀ। ਵੀਰੇ ਨੇ ਵਿਆਹ ਵੀ ਕਰਾ ਲਿਆ ਤੇ ਮੈਨੂੰ ਦੱਸਿਆ ਹੀ ਨਹੀਂ। ਕੋਈ ਨਹੀਂ ਪੁੱਤ, ਉਹਨਾਂ ਨੇ ਕੀ ਦੱਸਣਾ ਸੀ ਆਪਾਂ ਨੂੰ? ਆਪਾਂ ਆਪਣੇ ਤਾਰੀ ਦਾ ਵਿਆਹ ਕਰਾਂਗੇ, ਤੂੰ ਆਪਦੇ ਸਾਰੇ ਚਾਅ ਪੂਰੇ ਕਰੀ। ਨਾਲੇ ਮੈਂ ਤਾਂ ਤੈਨੂੰ ਭੇਜ ਕੇ ਵੀ ਨਹੀਂ ਸੀ ਰਾਜੀ ਉੱਥੇ, ਕਰ ਲੈਣ ਦੇ ਵਿਆਹ ਉਹਨਾਂ ਨੂੰ। ਪਰ ਵੀਰਾ ਤਾਂ ਮੈਨੂੰ ਹਰ ਇੱਕ ਗੱਲ ਦੱਸਦਾ ਸੀ, ਐਡੀ ਵੱਡੀ ਗੱਲ ਉਹਨੇ ਕਿਉਂ ਲੁਕੋਈ ਮੇਰੇ ਤੋਂ? ਕੋਈ ਨਹੀਂ ਪੁੱਤ, ਇਹਦੇ 'ਚ ਤੇਰੇ ਵੀਰ ਦਾ ਨਹੀਂ ਕੋਈ ਕਸੂਰ, ਤੇਰੀ ਮਾਂ ਦੀਆਂ ਬੈਬਤਾਂ ਨੇ ਇਹ ਸਾਰੀਆਂ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਉਹ ਹੈ 1240, ਉਹੀ ਪੜ੍ਹਾਉਂਦੀ ਹੈ ਪੁੱਤ ਸਾਰੀਆਂ ਪੁੱਠੀਆਂ ਪੱਟੀਆਂ ਤੇਰੇ ਭਰਾ ਨੂੰ। ਪਰ ਮੰਮੀ ਵੀਰੇ ਨੂੰ ਇੱਕ ਵਾਰ ਤਾਂ ਸੋਚਣਾ ਚਾਹੀਦਾ ਸੀ, ਕਿਉਂਕਿ ਮੈਂ ਤਾਂ ਹਰ ਗੱਲ ਵੀਰੇ ਨੂੰ ਦੱਸ ਕੇ ਕਰਦੀ ਸੀ, ਮੇਰੇ ਤੋਂ ਬਿਨਾਂ ਪੁੱਛੇ ਮੈਂ ਇੱਕ ਵੀ ਕਦਮ ਨਹੀਂ ਚੁੱਕਿਆ ਕਦੇ। ਤੇਰੀ ਮਾਂ ਉਹਦੀ ਚੱਲਣ ਦਿੰਦੀ ਹੈ? ਸਾਰੇ ਟੱਬਰ 'ਚ ਤਾਂ ਉਹਦੀ ਚੱਲਦੀ ਹੈ, ਫਿਰ ਤੇਰਾ ਵੀਰਾ ਉਹ ਤੋਂ ਬਾਹਰ ਕਿਵੇਂ ਹੋ ਜੇ ਪੁੱਤ? ਪਤਾ ਨਹੀਂ ਮੰਮੀ, ਮੈਨੂੰ ਕੋਈ ਸਮਝ ਨਹੀਂ ਆ ਰਿਹਾ। ਕੋਈ ਨਾ ਪੁੱਤ, ਐਵੇਂ ਨਾ ਮਨ ਔਖਾ ਕਰ, ਨਾਲੇ ਉਹਨਾਂ ਤੋਂ ਤੂੰ ਕੀ ਉਮੀਦ ਕਰ ਸਕਦੀ ਹੈ? ਮੇਰੀ ਧੀ ਮੈਨੂੰ ਐਂ ਦਾਸ ਜੀ ਜਮੀ ਚੰਗੀ ਨਹੀਂ ਲੱਗਦੀ, ਮੈਨੂੰ ਦੱਸ ਤੈਨੂੰ ਕੀ ਚਾਹੀਦਾ? ਬੋਲ ਕਿੰਨੀ ਮਿਠਾਈ ਲਿਆ ਕੇ ਦੇਵਾਂ, ਨਾਲੇ ਮੇਰੀ ਧੀ ਨੂੰ ਸੋਹਣੇ ਸੋਹਣੇ ਕੱਪੜੇ ਲਿਆ ਕੇ ਦਿੰਦੀ ਹਾਂ ਮੈਂ, ਚੱਲ ਸ਼ਹਿਰ ਮੇਰੇ ਨਾਲ। ਮੰਮੀ ਕੱਲ ਮਠਿਆਈ ਤੇ ਕੱਪੜਿਆਂ ਦੀ ਨਹੀਂ ਹੈਗੀ, ਮੈਂ ਨਾ ਉਸ ਘਰ 'ਚ 22 ਸਾਲ ਰਹਿ ਕੇ ਆਈ ਹਾਂ, ਕਿੰਨਾ ਟਾਈਮ ਕੱਟਿਆ ਮੈਂ, ਨਾਲੇ ਸਭ ਤੋਂ ਜ਼ਿਆਦਾ ਤੇ ਉਹ ਤਾਂ ਮੇਰਾ ਵੀਰੇ ਨਾਲ ਸੀ, ਅਤੇ ਐਡੀ ਵੱਡੀ ਗੱਲ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਦੱਸੀ, ਇੱਕ ਮਿੰਟ 'ਚ ਪਰਾਇਆ ਕਰ ਦਿੱਤਾ ਮੈਨੂੰ। ਰੋ ਨਾ ਮੇਰੀ ਧੀ, ਮੇਰੀ ਗੱਲ ਸੁਣ, ਪਰਾਈ ਤਾਂ ਤੂੰ ਉਹਨਾਂ ਲਈ ਉਸ ਦਿਨ ਤੋਂ ਹੀ ਹੋ ਗਈ ਸੀ ਜਦੋਂ ਮੇਰੀ ਧੀ ਨੂੰ ਮੈਂ ਇਸ ਘਰ 'ਚ ਵਿਆਹ ਕੇ ਲਿਆਈ ਸੀਗੀ, ਹੁਣ ਤਾਂ ਇਹੀ ਤੇਰਾ ਘਰ ਹੈ। ਬਸ ਰੋ ਨਾ ਮੇਰਾ ਪੁੱਤ, ਨਾ ਇਹ ਨਹੀਂ ਕਰਦੇ ਹੁੰਦੇ। ਮੇਰੀ ਗੱਲ ਸੁਣ, ਤੂੰ ਜਿੰਨੇ ਵੀ ਵਿਆਹ ਦੇ ਚਾਅ ਪੂਰੇ ਕਰਨੇ ਆ ਨਾ, ਆਪਾਂ ਜਦੋਂ ਤਾਰੀ ਦਾ ਵਿਆਹ ਕਰਾਂਗੇ, ਮੈਂ ਤੈਨੂੰ ਹਰੇਕ ਕੰਮ 'ਚ ਮੂਹਰੇ ਰੱਖੂੰਗੀ, ਠੀਕ ਹੈ? ਬਸ ਫਿਰ ਹੁਣ ਮੈਨੂੰ ਰੋ ਕੇ ਨਾ ਦੱਸ। ਬਸ ਮੇਰਾ ਪੁੱਤ, ਨਾ ਸ਼ੇਰ ਪੁੱਤ ਰੋਂਦੇ ਨਹੀਂ ਹੁੰਦੇ। ਬਸ ਵੀ ਕਰ ਪੁੱਤ, ਹੁਣ ਕਿੰਨਾ ਕੁ ਰੋਏਗਾ? ਹੱਸ ਕੇ ਦਿਖਾ, ਹੱਸ ਪਾ, ਹੱਸ ਕੇ ਦਿਖਾ ਮੇਰਾ ਪੁੱਤ।
ਇੱਧਰ ਚਾਕ ਮੇਰੇ ਵਾਲੀ ਮੇਰੀ ਧੀ ਦਾ ਮੈਨੂੰ ਆਈ ਨਾ ਗੁਲਾਬ ਦੇ ਫੁੱਲ ਵਾਂਗੂ ਚਿਹਰਾ ਖਿੜੇ ਵਧੀਆ ਲੱਗਦਾ ਪਾਣੀ ਬਾਰ ਬਣੇ ਦੀਏ ਬਣਾ ਬਣੀ ਬਾਰ ਖੜੇ ਪਾਣੀ ਬਾਰ ਬਣੇ ਦੀਏ ਮਾਏ ਬਣਾ ਬਣੀ ਬਾਰ ਖੜੇ ਜੇ ਤੂੰ ਰੁਸੀਏ ਤਾਂ ਮਨ ਮੇਰੀ ਮਾਏ ਬਣਾ ਬਣੀ ਬਾਰ ਖੜੇ ਜੇ ਤੂੰ ਰੁਸੀਏ ਤਾਂ ਮਨ ਮੇਰੀ ਮਾਏ ਗਗਰ ਲਿਆਵਾਂ ਮਾਂਝ ਕੇ ਬੀਰਾ ਠੰਡਾ ਪਾਣੀ ਬੇਪੀ ਸੋਡੀ ਜੋੜੀ ਦੇਖ ਕੇ ਮੇਰਾ ਸੀਤਲ ਹੋ ਗਿਆ ਬਿਆਨ ਤੋਂ ਪਿਆਰਿਆ ਜੀ ਕਿੱਧਰ ਨੂੰ ਭਾਬੀ ਜੀ ਮੇਰਾ ਸ਼ਗਨ ਕਿੰਨਾ ਸ਼ਗਨ ਚਾਹੀਦਾ ਮੇਰੀ ਨਣਦ ਨੂੰ ਭਰਜਾਈ ਬਹੁਤਾ ਨੀ 500 ਤਾਂ ਬਣਦਾ ਲੈ ਦੇਖ ਬੋੜੀ ਐਨੇ ਬਸ ਕਰੋ ਵੀਰੇ ਇਹ ਮੇਰੀ ਭਰਜਾਈ ਨਾਲ ਗੱਲ ਹੈ ਤੇ ਮੈਂ ਭਰਜਾਈ ਤੋਂ ਹੀ ਸ਼ਗਨ ਲੈਣਾ ਤੁਹਾਡੇ ਤੋਂ ਮੈਂ ਮੰਗੇ ਵੀ ਨਹੀਂ ਪੈਸੇ ਲੈ ਦੇਖ ਲੈ ਵੀਰੇ ਆਉਣ ਸਾਰ ਨਾ ਭਰਜਾਈ ਦੀ ਮੇਰ ਲੈਣ ਲੱਗ ਗਈ ਲੈ ਦੇਖ ਲੈ ਮਾਂ ਮੇਰ ਨਹੀਂ ਲੈਂਦਾ ਹੈਗਾ ਹੈਗੀ ਇੰਨੇ ਜ਼ਿਆਦੇ ਨੇ ਚੱਲ ਆਪਾਂ ਐਂ ਕਰਦੇ ਹਾਂ ਬਜਾਜ ਵਾਲੇ ਮੰਗੂ 4 ਕਿਸ਼ਤਾਂ ਕਰ ਲੈਂਦੇ ਹਾਂ ਹੌਲੀ ਹੌਲੀ ਦੇ ਦਾਂਗੇ ਓਹੋ ਚੱਲ ਕੋਈ ਗੱਲ ਨਹੀਂ ਪੁੱਤ ਜਿੰਨੇ ਤੇਰਾ ਵੀਰਾ ਤੇ ਭਾਬੀ ਖੁਸ਼ੀ ਖੁਸ਼ੀ ਦਿੰਦੇ ਨੇ ਸਗਨ ਲੈ ਲਾ ਉਹਨਾਂ ਦਾ ਸਗਨ ਮੇਰਾ ਪਰਸ ਤਾਂ ਗੱਡੀ 'ਚ ਪਿਆ ਜੀ ਤੁਸੀਂ ਐਂ ਕਰੋ ਤੁਸੀਂ ਦੇ ਦਿਓ ਜਿੰਨੇ ਕਹਿ ਦਿਆ ਦੇ ਦਿਓ ਮੇਰੀ ਨਣਦ ਖੁਸ਼ ਰਹਿਣੀ ਚਾਹੀਦੀ ਹੈ ਕੀ ਬਾਤ ਹੈ ਵੀਰੇ 500 ਤੋਂ ਵੀ ਉੱਤੇ ਦੇ ਦਿੱਤੇ ਪੈਸੇ ਹੁਣ ਤਾਂ ਖੁਸ਼ ਹੈ ਨਾ ਹਾਂਜੀ ਭਰਜਾਈ ਜੀ ਆਓ ਵੈਲਕਮ ਚਲੋ ਵਾਹਿਗੁਰੂ ਦੀ ਮਿਹਰ ਨਾਲ ਸਾਰਾ ਪ੍ਰੋਗਰਾਮ ਸੋਹਣਾ ਹੋ ਗਿਆ ਸਾਰਾ ਹਿਸਾਬ ਕਿਤਾਬ ਵਧੀਆ ਹੋ ਗਿਆ ਇਕੱਲਾ ਹਲਵਾਈ ਰਹਿ ਗਿਆ ਉਹ ਮਿਲਿਆ ਨਹੀਂ ਉਹਦਾ ਵੀ ਨਿਬੇੜਿਆ ਆਉਂਦਾ ਨਾਲੇ ਤੂੰ ਐਂ ਕਿਵੇਂ ਬੈਠੀ ਹੈ ਕੁਛ ਦੁਖਦਾ ਮੈਨੂੰ ਦੱਸ ਦੇ ਦਵਾਈ ਲਿਆ ਦੂੰਗਾ ਮੈਂ ਨਾ ਨਾ ਦੁਖਦਾ ਕਾਹਨੂੰ ਹੈ ਬਸ ਊਈਂ ਮੇਰਾ ਜੀ ਜਾ ਨਹੀਂ ਲੱਗਦਾ ਅੱਗੇ ਤਾਂ ਹਰਮਨ ਇੱਥੇ ਫਿਰਦੀ ਹੁੰਦੀ ਕਦੇ ਇੱਧਰ ਦੀ ਆ ਗਈ ਗੇੜਾ ਦੇ ਕੇ ਕਦੇ ਇੱਧਰ ਦੀ ਆ ਗਈ ਹੁਣ ਤੈਨੂੰ ਪਤਾ ਹੀ ਹੈ ਧੀਆਂ ਤੋਰਨੀਆਂ ਕਿਹੜਾ ਸੌਖੀਆਂ ਪਈਆਂ ਨੇ ਚਲੋ ਇਹ ਤਾਂ ਹੈ ਹੁਣ ਇਹ ਵੀ ਹੈਗਾ ਨਾ ਹੁਣ ਧੀਆਂ ਨੂੰ ਤਾਂ ਰਾਜੇ ਰਾਣੀ ਵੀ ਨਹੀਂ ਰੱਖ ਸਕਦੇ ਇੱਕ ਦਿਨ ਘਰ ਜਾਣਾ ਹੀ ਪੈਂਦਾ ਨਾਲੇ ਵਧੀਆ ਹੋ ਗਿਆ ਆਪਾਂ ਨੂੰ ਸੋਹਣਾ ਪਰਿਵਾਰ ਮਿਲ ਗਿਆ ਨਾਲੇ ਉਹਦੀ ਇੱਛਾ ਪੂਰੀ ਹੋ ਜੂਗੀ ਕਦੋਂ ਦੀ ਵਾਰ ਵਾਰ ਕਹਿੰਦੀ ਸੀ ਚੱਲ ਆਪਣੇ ਵਿੱਚ ਤਾਂ ਉਹ ਹੈ ਨਹੀਂ ਸੀਗਾ ਵੀ ਪੈਸੇ ਲਾ ਕੇ ਬਾਹਰ ਤੋਰ ਦਿੰਦੇ ਚਲੋ ਵਾਹਿਗੁਰੂ ਨੇ ਵਧੀਆ ਪਰਿਵਾਰ ਬਣਾ ਤਾ ਨਾਲੇ 20 ਦਿਨ ਤੱਕ ਉਹਨੇ ਬਾਹਰ ਚਲੇ ਜਾਣਾ ਗਾ ਐਵੇਂ ਨਾ ਫਿਕਰ ਕਰਿਆ ਕਰ ਹੁਣ ਮੈਂ ਤੁਹਾਨੂੰ ਕੀ ਦੱਸਾਂ ਪਿਓ ਨੂੰ ਫਿਕਰ ਹੈਗਾ ਸਾਰਾ ਦਿਨ ਪਾਪਾ ਆਪਾ ਕਰਦੀ ਫਿਰਦੀ ਰਹਿੰਦੀ ਸੀਗੀ ਮੈਨੂੰ ਤਾਂ ਵਿਹੜਾ ਵੜ ਵੜ ਖਾਂਦਾ ਜਦੋਂ ਤਾਂ ਗਈ ਆ ਉਹ ਮੇਰਾ ਕਿਹੜਾ ਜੀ ਲੱਗਦਾ ਪਰ ਮੈਂ ਤੈਨੂੰ ਬੋਲ ਕੇ ਨਹੀਂ ਦੱਸ ਸਕਦਾ ਉਹ ਤਾਂ ਹੈ ਪਰ ਫਿਰ ਵੀ ਆਪਦੇ ਜਿਗਰ ਦਾ ਟੁਕੜਾ ਦੂਜੇ ਘਰ ਭੇਜਣਾ ਔਖਾ ਤਾਂ ਬਹੁਤ ਹੈ ਪਰ ਰੀਤ ਚੱਲੀ ਆਈ ਹੈ ਤੋਰਨੇ ਪੈਂਦੇ ਨੇ ਉਹਦਾ ਇੱਕ ਪਾਸੇ ਤਾਂ ਖੁਸ਼ੀ ਵੀ ਹੈ ਵੀ ਛੋਟਾ ਪਰਿਵਾਰ ਹੈ ਸੌਖੀ ਰਹੂਗੀ ਬਸ ਉਹ ਮਨ ਜਾ ਕਈ ਵਾਰੀ ਇਹੋ ਜਿਹਾ ਹੋ ਜਾਂਦਾ ਜਾਇਆ ਕਰਿਆ ਕਰ ਤੂੰ ਕਢਾਈ ਨਹੀਂ ਸੀਗੀ
ਚਲੋ ਸੋਹਣਾ ਪਰਿਵਾਰ ਖੁਸ਼ ਰਿਹਾ ਕਰ। ਦੁੱਖ ਤਾਂ ਮੈਨੂੰ ਵੀ ਸੱਚੀ ਬਹੁਤ ਹੈਗਾ, ਕਿਉਂਕਿ ਤੈਨੂੰ ਪਤਾ ਹੀ ਮੇਰੇ ਬਿਨ ਤਾਂ ਰੋਟੀ ਵੀ ਨਹੀਂ ਖਾਂਦੀ ਸੀਗੀ। ਹੋਰ ਹੀ ਲੱਗਦਾ ਮੈਨੂੰ ਤਾਂ, ਪਤਾ ਨਹੀਂ ਜੀ ਲਾਉਂਦੀ ਹੋਊ ਪਤਾ ਨਹੀਂ ਨਾ। ਉਹ ਤਾਂ ਖੈਰ ਉਹਦੀ ਸੱਸ ਦਾ ਸੁਭਾਅ ਵੀ ਮੈਨੂੰ ਵਧੀਆ ਲੱਗਿਆ, ਕੁੜੀ ਉਦੋਂ ਵਧੀਆ ਸੀ ਉਹਨਾਂ ਦੀ। ਤੈਨੂੰ ਪਤਾ ਨਹੀਂ ਆਪਾਂ ਮਿਲਣੀ ਕਰਨ ਤਾਂ ਜਾਣਾ ਗਾ, ਨਾਲ ਤਾਂ ਉਹ ਕਾਰ ਵਿਹਾਰ ਕਰ ਆਵਾਂਗੇ ਸਾਰਾ, ਨਾਲੇ 5-7 ਦਿਨ ਵਾਸਤੇ ਇੱਥੇ ਲੈ ਆਵਾਂਗੇ। ਉਹ ਕੁੜੀ ਨੇ ਫਿਰ ਬਾਹਰ ਚਲੇ ਜਾਣਾ, ਮਗਰ ਉਹ ਕਿਹਨੇ ਆਉਣਾ, ਆਪੇ ਦੇਖੀ ਜਾਇਆ ਕਰਾਂਗੇ, ਇੱਥੇ ਫੋਨ 'ਤੇ ਕਾਲਾਂ ਕਰੀ ਜਾਇਆ ਕਰੂ, ਆਹੀ ਰਹਿ ਜੂ ਆਪਣੇ ਕੋਲ। ਸੱਚੀ ਗੱਲ ਹੈ, ਫਿਰ ਤਾਂ ਬਾਹਲੀ ਦੂਰ ਵਗ ਜੂਗੀ ਜੀ, ਤਾਂ ਹੁਣ ਨਹੀਂ ਲੱਗਦਾ ਸਹੁਰੀ ਜਾ ਰਹੀ ਹੈ, ਜਦੋਂ ਬਾਹਰ ਵਗ ਗਈ ਫਿਰ ਕਿਵੇਂ ਜੀ ਲੱਗੂਗਾ ਮੇਰਾ। ਉਹ ਐਵੇਂ ਨਾ ਮਨ ਡਿੱਗੀ ਜਾ, ਸਭ ਠੀਕ ਹੋ ਜੂਗਾ, ਆਪੇ ਤੇਰਾ ਜੀ ਲੱਗ ਜਾਣਾਗਾ। ਮੈਂ ਪੁੱਛਦੀ ਸੀ ਫਿਰ ਉਹਦੀ ਸੱਸ ਨੂੰ ਵੀ ਕੋਈ ਟੂਮ ਚਾਹੀਦੀ, ਆਪਾਂ ਮਿਲਣੀ 'ਚ ਪਾ ਕੇ ਆਵਾਂਗੇ। ਮੈਂ ਤਾਂ ਇਹ ਕਹਿੰਦੀ ਸੀ ਵੀ ਛਾਂਪ ਕਰਾ ਲਓ, ਅੱਧੇ ਕੁ ਤੋਲੇ ਦੀ ਤਾਂ ਚਾਹੀਦੀ ਹੈ। ਓਏ ਉਹ ਤਾਂ ਹੁਣ ਤੂੰ ਦੇਖ ਲੈ, ਹੁਣ ਮੈਨੂੰ ਤਾਂ ਕੀ ਪਤਾ ਗਾ ਕੀ ਰੀਤ ਰਿਵਾਜ਼ ਹੁੰਦਾ ਗਾ, ਜਿਹੜਾ ਤੂੰ ਕੋਈ ਕਹੇਂਗੀ ਮੈਂ ਉਹੀ ਬਣਾ ਲਿਆਉਂਗਾ। ਨਾਲੇ ਇੱਕ ਕੁੜੀ ਸੀ ਆਪਣੀ, ਉਹ ਤਾਂ ਆਪਾਂ ਸਾਰੇ ਰੀਝਾਂ ਲਾਉਣੀਆਂ ਸੀ, ਹੁਣ ਜਿਹੜਾ ਕੋਈ ਰਹਿੰਦਾ ਮੈਨੂੰ ਦੱਸ ਦੇ, ਚੰਗੀ ਤਰ੍ਹਾਂ ਰੀਝ ਲਾ ਦਾਂਗੇ। ਉਹ ਤਾਂ ਠੀਕ ਹੈ, ਇਹ ਤਾਂ ਮੈਨੂੰ ਪਤਾ ਹੈ ਵੀ ਜਿਹੜੀ ਚੀਜ਼ ਮੈਂ ਕਹਿਤੀ ਬਣਵਾ ਕੇ ਤਾਂ ਉਹੀ ਲਿਆਉਂਗੇ, ਆਪਦੀ ਧੀ ਦੀ ਖੁਸ਼ੀਆਂ ਦਾ ਖਿਆਲ ਤਾਂ ਰੱਖਦੇ ਹਾਂ। ਇਹ ਤਾਂ ਹੈ। ਖੁਸ਼ ਹਾਂ ਹੁਣ ਤਾਂ? ਹਾਂਜੀ। ਉਹੀ ਲੜਦੀ ਰਹਿੰਦੀ ਸੀ ਸਾਰਾ ਦਿਨ, ਪਹਿਲਾਂ ਗੱਲ ਕਰ ਪਹਿਲਾਂ ਗੱਲ ਕਰ, ਹੋ ਗਿਆ ਵਿਆਹ? ਐਵੇਂ ਪਾਗਲ ਜੀ, ਉਹ ਨਾਲੇ ਕਮਲੀ ਹੈ, ਤੇਰੇ ਬਿਨਾਂ ਦੱਸ ਮੇਰਾ ਕੌਣ ਹੈ। ਮੈਂ ਵੀ ਚਾਹੁੰਦੀ ਸੀ ਆਪਾਂ ਜਲਦੀ ਜਲਦੀ ਇੱਕ ਹੋ ਜਾਈਏ, ਫਿਰ ਮੇਰਾ ਸੁਪਨਾ ਵੀ ਪੂਰਾ ਹੋ ਜਾਊਗਾ। ਹੋ ਗਿਆ ਹੁਣ ਸੁਪਨਾ ਪੂਰਾ, ਕਰਿੰਦਾ ਕੋਈ ਚਾਹ? ਨਾ ਜੀ, ਹੁਣ ਤਾਂ ਸਾਰੀ ਚਾਹ ਪੂਰੇ ਹੋ ਗਏ ਮੇਰੇ, ਨਾਲੇ ਮੇਰਾ ਸ਼ੌਂਕ ਵੀ ਪੂਰਾ ਹੋ ਜੂਗਾ, ਅਤੇ ਨਾਲੇ ਮੈਨੂੰ ਤੁਸੀਂ ਮਿਲ ਗਏ। ਹੋਰ ਮੈਨੂੰ ਕੀ ਚਾਹੀਦਾ, ਰੋਜ਼ ਰੱਬ ਅੱਗੇ ਇਹੀ ਦੁਆ ਕਰਦੀ ਹੁੰਦੀ ਸੀ ਵੀ ਬਸ ਤੁਸੀਂ ਮੈਨੂੰ ਮਿਲ ਜਾਓ, ਅਤੇ ਦੇਖੋ ਮਿਲ ਵੀ ਗਏ। ਓ ਹੋ ਕਮਲੀਏ, ਓਏ ਮੈਂ ਤਾਂ ਤੇਰਾ ਹੀ ਸੀ, ਉਹਦਾ ਤੂੰ ਹੀ ਨਾ ਬਿਨਾਂ ਗੱਲ ਤੋਂ ਹੀ ਲੜਨ ਲੱਗ ਜਾਂਦੀ ਸੀ ਵੀ ਐਂ ਨਹੀਂ ਹੋਣਾ ਐਂ ਨਹੀਂ ਹੋਣਾ, ਅੱਜ ਦੇਖ ਲੈ ਬਾਬੇ ਦੀ ਕਿਰਪਾ ਨਾਲ ਸਾਰਾ ਕੁਛ ਹੋ ਗਿਆ। ਨਾਲੇ ਮੇਰੀ ਗੱਲ ਸੁਣ, ਭੈਣ ਅਤੇ ਮੰਮੀ ਦਾ ਸੁਭਾਅ ਕਿਵੇਂ ਲੱਗਿਆ ਤੈਨੂੰ? ਮੈਨੂੰ ਤਾਂ ਬਹੁਤ ਹੀ ਵਧੀਆ ਲੱਗਿਆ, ਮੇਰੇ ਨਾਲ ਮੈਨੂੰ ਲੱਗਦਾ ਬਹੁਤ ਬਣੋਗੇ ਇਹਨਾਂ ਦੀ। ਤੁਸੀਂ ਐਂ ਕਰੋ ਦੁੱਧ ਪੀ ਲਓ, ਫਿਰ ਠੰਡਾ ਹੋ ਜਾਊਗਾ। ਲਿਆਓ ਜੀ, ਦੁੱਧ ਤਾਂ ਮੈਂ ਪੀ ਲੈਂਦਾ, ਤੁਸੀਂ ਨਹੀਂ ਪੀਣਾ? ਨਹੀਂ, ਮੈਨੂੰ ਨਹੀਂ ਪਸੰਦ ਹੈਗਾ, ਮੈਂ ਨਹੀਂ ਪੀਣਾ। ਉਹ ਲੈ ਕਮਲੀ, ਤੈਨੂੰ ਕਿਉਂ ਨਹੀਂ ਪਸੰਦ? ਅੱਜ ਤਾਂ ਫਿਰ ਪੀਣਾ ਹੀ ਪਊਗਾ, ਫਿਰ ਹੀ ਪਿਆਰ ਦਾ ਪਤਾ ਲੱਗੂ। ਦੇਖੀ ਜਿੱਦ ਕਿਉਂ ਕਰਦੇ ਹੁੰਦੇ ਹੋ। ਓਹੋ, ਇੱਕ ਘੁੱਟ ਭਰ ਲਾ ਚਾਹੇ, ਲੈ ਬਸ ਹੁਣ ਖੁਸ਼ ਹੋ। ਇਸ ਘਰ 'ਚ ਨਾ ਮੈਨੂੰ ਆ ਕੇ ਐਂ ਲੱਗਦਾ ਹੀ ਨਹੀਂ ਹੈਗਾ ਵੀ ਮੈਂ ਕਿਸੇ ਉੱਪਰੇ ਜੇ ਘਰ 'ਚ ਆਈ ਹੁੰਦੀ ਹੈਗੀ। ਓਹੋ ਕਮਲੀ, ਕਿਉਂ ਪਾਗਲਾਂ ਨਹੀਂ ਗੱਲਾਂ ਕਰਦੀ? ਭੈਣ ਅਤੇ ਮੰਮੀ ਵੀ ਤੈਨੂੰ ਬਹੁਤ ਪਿਆਰ ਕਰਨਗੇ, ਮੈਂ ਤਾਂ ਚਲੋ ਕਰਦਾ ਹੀ ਹਾਂ ਨਾ, ਹੋਰ ਕਿਹਨੂੰ ਕਰਨਾ ਫਿਰ ਜੇ ਮੈਨੂੰ ਨਹੀਂ ਕਰੋਂਗੇ? ਤੂੰ ਵੀ ਤਾਂ ਹੈਗੀ ਆ ਮੇਰੇ ਕੋਲ, ਤਾਂ ਹੀ ਫਿਰ ਉੱਥੋਂ ਲੈ ਕੇ ਉਰੇ ਤੱਕ ਨਾਲ ਖੜੇ ਹਾਂ ਨਾ। ਹਾਂ, ਐਂ ਤਾਂ ਤੁਹਾਨੂੰ ਮੈਂ ਮੰਨ ਗਈ, ਜੋ ਵਾਅਦਾ ਕੀਤਾ ਉਹ ਨਿਭਾ ਕੇ ਹੀ ਛੱਡਿਆ ਫਿਰ। ਪੀਲੋ ਪੀਲੋ ਠੰਡਾ ਹੁੰਦਾ। Oh.
ਸੱਚਾ ਤੁਸੀਂ ਮੇਰੇ ਲਈ ਗਿਫਟ ਨਹੀਂ ਲੈ ਕੇ ਆਏ ਕੋਈ? ਓਹੋ, ਉਹ ਤਾਂ ਮੈਂ ਭੁੱਲ ਗਿਆ। ਕੀ ਹੈ ਯਾਰ, ਅੱਜ ਦਿਨ ਵੀ ਕੁਛ ਭੁੱਲਦਾ ਹੁੰਦਾ ਕੋਈ? ਅੱਜ ਦਿਨ ਤਾਂ ਸਪੈਸ਼ਲ ਸੀਗਾ, ਤੁਸੀਂ ਅਸੀਂ ਖਾਲੀ ਹੱਥ ਆ ਗਏ। ਗਈ ਨਹੀਂ ਤੇਰੀ ਆਦਤ ਲੜਨ ਦੀ, ਹਲ ਫੜ ਰੱਖ ਉਹਦਣ। ਤੈਨੂੰ ਲੱਗਦਾ ਵੀ ਮੈਂ ਕੋਈ ਗਿਫਟ ਲਿਆਉਣਾ ਭੁੱਲੂੰਗਾ? ਹਾਏ, ਲੈ ਕੇ ਆਵਾਂਗੇ। ਵਾਓ, ਕਿੰਨੀ ਪਿਆਰੀ ਰਿੰਗ ਹੈਗੀ। ਥੈਂਕ ਯੂ।